ਮੈਂ ਜੀ ਤੁਹਾਡਾ ਆਪਣਾ ਹੋਸਟ ਬਾਬਾ ਜੀ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਦੇ ਨਾਲ ਮੈਂ ਇਸ ਵੇਲੇ ਚਵਾ ਤਖ਼ਤ ਪੜ੍ਹੀ ਹਾਂ ਅਤੇ ਇਹ ਲਾਈਫ ਹੈ ਚਵਾ ਤਖ਼ਤ ਪੜ੍ਹੀ ਦੀ ਅੱਜ ਵੀ ਲੋਕ ਜਿਹੜੇ ਨੇ ਇੱਥੇ ਤੱਕ ਮਿਹਨਤ ਮਜ਼ਦੂਰੀ ਕਰਨੇ ਘਰ ਨੇ ਪੱਠੇ ਛੱਠੇ ਆਣਨੇ ਇਹ ਭਾਈ ਹੋਰ ਗੁਜ਼ਰਨੇ ਪਏ ਨੇ ਇਹ ਦੇਖੋ ਜੀ ਇਹ ਉਹ ਚਵਾ ਹੈ ਇਹ ਉਹ ਪਾਣੀ ਹੈ ਸਪਰਿੰਗ ਵਾਟਰ ਹੈ ਜਿਸ ਦੀ ਵਜ੍ਹਾ ਨਾਲ ਚਵਾ ਤਖ਼ਤ ਪੜ੍ਹੀ ਆਖਿਆ ਜਾਂਦਾ ਆਓ ਮੈਂ ਤੁਹਾਨੂੰ ਚਵੇ 'ਤੇ ਵੀ ਲੈ ਜਾਣਾ ਇਹ ਜੀ ਬਾਵਲੀ ਸੀ ਇਸ ਜਗ੍ਹਾ ਦੇ ਉੱਤੇ ਇਹ ਖਤਮ ਹੋ ਗਈ ਇਹ ਵੇ ਉਹ ਚਵਾ ਤਖ਼ਤ ਪੜ੍ਹੀ ਜਿਹਨੂੰ ਕਿਹਾ ਜਾਂਦਾ ਤਖ਼ਤ ਪੜ੍ਹੀ ਦੇ ਨਾਮ ਤੋਂ ਮਸ਼ਹੂਰ ਹੈ ਆਓ ਅੱਜ ਤੁਹਾਨੂੰ ਮੈਂ ਇਸ ਰਾਸ ਤੋਂ ਵੀ ਪਰਦਾ ਚੁੱਕਾਂ ਦੇਖੋ ਜੀ ਇਹ ਸਪਰਿੰਗ ਵਾਟਰ ਹੈ ਓਰਿਜਨਲ ਵਾਟਰ ਹੈ ਜਿਹੜਾ ਕਿ ਜ਼ਮੀਨ ਦੇ ਵਿੱਚੋਂ ਆ ਰਿਹਾ ਦੂਸਰਾ ਜਿਹੜਾ ਪਾਣੀ ਹੈ ਓਲਾ ਦਾ ਇਹਦੇ 'ਚ ਬਬਲਸ ਆ ਰਹੇ ਨੇ ਇਹ ਦੇਖੋ ਇਹ ਆਏ ਔਰ ਇਹ ਪਾਣੀ ਜਿਹੜਾ ਇਹ ਪੀਣੇ ਵਾਲਾ ਪਾਣੀ ਸੀ ਇਹ ਨਹਾਉਣ ਵਾਲਾ ਪਾਣੀ ਆ ਰਿਹਾ ਠੀਕ ਹੈ ਜੀ ਉਹੀ ਉਹ ਜਿਹੜਾ ਗੁਫਾ ਵਾਲੇ ਪਾਸੋਂ ਆ ਰਿਹਾ ਜਾਂ ਜਿੱਥੇ ਸਿੱਖ ਸੰਗਤ ਸਾਧੂ ਬੈਠਦੀ ਸੀ ਉਹਦੇ ਨਾਲੋਂ ਨਾਲੋਂ ਔਰ ਤਕਰੀਬਨ ਫੋਸਲਸ ਵੀ ਮਿਲੇ ਨੇ ਬਹੁਤ ਜ਼ਿਆਦਾ ਪੁਰਾਣੇ ਉਹ ਮੈਂ ਤੁਹਾਨੂੰ ਬਹੁਤ ਜਲਦ ਦਿਖਾਵਾਂਗਾ ਮੈਨੂੰ ਆਰਕਿਆਲੋਜੀ ਡਿਪਾਰਟਮੈਂਟ ਨਾਲ ਰਾਬਤਾ ਕਰਨਾ ਕਿ ਵੀ ਇਹ ਕਿੰਨੇ ਕੁ ਪੁਰਾਣੇ ਨੇ ਫਿਰ ਉਸ ਤੋਂ ਬਾਅਦ ਇਸ ਦੇ ਮਤਲਬ ਮੈਂ ਦੱਸਾਂਗਾ ਇਹ ਜਾ ਰਿਹਾ ਚਵਾ ਤਖ਼ਤ ਪੜ੍ਹੀ ਔਰ ਉਸ ਤੋਂ ਬਾਅਦ ਐਸੀ ਪਿੰਡ ਦਾ ਖੂਹ ਜਿਹੜਾ ਕਿ ਇਸ ਵੇਲੇ ਖਤਮ ਕਰ ਦਿੱਤਾ ਗਿਆ ਉਸ ਦੀਆਂ ਇੱਟਾਂ ਬਾਕੀ ਨੇ ਇਹ ਉੱਤੇ ਗੁਰਦੁਆਰਾ ਸਾਹਿਬ ਇੱਥੇ ਗੁਰਦੁਆਰੇ ਦਾ ਬਾਗ ਔਰ ਇਹ ਖੂਹ ਇਹ ਚਵਾ ਤਖ਼ਤ ਪੜ੍ਹੀ ਅਤੇ ਇਹ ਅੱਗੇ ਅੱਜ ਆਓ ਮੈਂ ਵੀ ਰਾਜ ਤੋਂ ਪਰਦਾ ਥੋੜ੍ਹਾ ਚੁੱਕਦਾ ਜਾ ਰਿਹਾ ਕਿ ਬਹੁਤ ਜ਼ਿਆਦਾ ਸਾਰੇ ਲੋਕ ਨਹੀਂ ਜਾਣਦੇ ਕਿ ਤਖ਼ਤ ਪੜ੍ਹੀ ਨਾਮ ਹੈ ਤਖ਼ਤ ਔਰ ਪੜ੍ਹੀ ਦੋਵੇਂ ਚੀਜ਼ਾਂ ਇਕੱਠੀਆਂ ਨੇ ਵੈਸੇ ਤਾਂ ਲੋਕ ਕੁਝ ਇਹਨੂੰ ਤਖ਼ਤ ਪੜ੍ਹੀ ਵੀ ਕਹਿੰਦੇ ਨੇ ਲੇਕਿਨ ਅਸਲ ਵਿੱਚ ਲਫ਼ਜ਼ ਜਿਹੜਾ ਤਖ਼ਤ ਪੜ੍ਹੀ ਹੈ ਅਸਲਾਮ ਵਾਲੇਕੁਮ ਜੀ ਇਹ ਜੀ ਉਹ ਪੜ੍ਹੀ ਠੀਕ ਹੈ ਜੀ ਔਰ ਅੱਪਰ ਇੱਥੇ ਕੋਈ ਸਰਦਾਰ ਸਾ ਜਿਸ ਨਾਲ ਤਖ਼ਤ ਸਾ ਇਹ ਜੀ ਕੋਈ ਤੁਸਾਂ ਕੋਈ ਇਨਫੋਰਮੇਸ਼ਨ ਹੈ ਕਿਹੜਾ ਸਰਦਾਰ ਸੀ ਇੱਥੇ ਇਹ ਜੀ ਇਹਨਾਂ ਦੀ ਪੈਦਾਇਸ਼ ਤੋਂ ਵੀ ਪਹਿਲੇ ਦਾ ਠੀਕ ਹੈ ਜੀ ਇਹ ਬੁਰਜ ਜਿਹੜੇ ਨੇ ਸਿੱਖ ਦੌਰ ਦੀਆਂ ਯਾਦਾਂ ਉਹਨਾਂ ਦੱਸਿਆ ਜੀ ਇਹਨੂੰ ਕਹਿੰਦੇ ਸੀ ਇਹ ਪੜ੍ਹੀ ਇਹ ਤਖ਼ਤ ਹੈ ਔਰ ਇਹ ਪੜ੍ਹੀ ਗ੍ਰਾਂ ਨੇ ਕੁੱਤੇ ਮੇਗੀ ਤੱਕੀ ਤਾਂ ਭੌਂਕਣੇ ਮੇ ਵੀ ਜਿਸ ਤਰ੍ਹਾਂ ਤਖ਼ਤੇ ਬਾਬਰੀ ਜੀ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਤਖ਼ਤੇ ਬਾਬਰੀ ਹੈ ਇਹ ਤਖ਼ਤ ਪਈ ਹੈ ਤਖ਼ਤ ਪੜ੍ਹੀ ਹੈ ਹੋ ਸਕਦਾ ਕਿਸੇ ਦੌਰ ਦੇ ਵਿੱਚ ਸਿੱਖ ਰਾਜ ਦੇ ਵਿੱਚ ਬਿਲਕੁਲ ਸਿੱਖ ਰਾਜ ਦੇ ਜਿਹੜੇ ਕਿਲ੍ਹੇ ਔਰ ਜਿਹੜੇ ਸੀ ਉਹ ਕੱਚੀਆਂ ਇੱਟਾਂ ਔਰ ਕੱਚੇ ਇਸ ਤਰੀਕੇ ਨਾਲ ਬਣਾਏ ਜਾਂਦੇ ਸਨ ਆਓ ਮੈਂ ਕੋਸ਼ਿਸ਼ ਕਰਨਾ ਵਾਂ ਕਿ ਮੈਂ ਉਹਨੂੰ ਉੱਤੋਂ ਵੀ ਤੁਹਾਨੂੰ ਦਿਖਾ ਦੇਵਾਂ ਦੂਸਰੇ ਪਾਸੋਂ ਵੀ ਦਿਖਾ ਦਿਆਂ ਲੇਕਿਨ ਉੱਤੇ ਕੁਝ ਹੈ ਨਹੀਂ ਹੈ ਐਸੀ ਤਰ੍ਹਾਂ ਇੱਟਾਂ ਦਾ ਢਾਂਚਾ ਹੀ ਹੈ ਇਹ ਦੇਖੋ ਤਖ਼ਤ ਇਹ ਜਗ ਤਖ਼ਤ ਸੀ ਸਿੱਖ ਰਾਜ ਦਾ ਤਖ਼ਤ ਔਰ ਇਹ ਪੜ੍ਹੀ ਕੁੱਲ ਮਿਲਾ ਕੇ ਬਣ ਗਿਆ ਗਾਉਂ ਦਾ ਨਾਮ ਤਖ਼ਤ ਪੜ੍ਹੀ ਔਰ ਤਖ਼ਤ ਪਰੀ ਮੈਨੂੰ ਬਹੁਤ ਅੱਛਾ ਲੱਗ ਰਿਹਾ ਕਿ ਮੈਂ ਅੱਜ ਬੜੀ ਨੈਚੁਰਲ ਜਿਹੀ ਜਗ੍ਹਾ 'ਤੇ ਆਇਆ ਵਾਂ ਇਹ ਹੱਸਣੇ ਵਸਣੇ ਇਕੱਠੇ ਇਹ ਹੱਸਣੇ ਵਸਣੇ ਚਵੇ ਆਇਆ ਕਿਸੇ ਦਾ ਛੱਡ ਕੇ ਜਾਣ ਨੂੰ ਦਿਲ ਕਰਦਾ ਸੀ ਨਹੀਂ ਸੀ ਕਰਦਾ ਪਤਾ ਨਹੀਂ ਕਿਉਂ ਪੰਜਾਬ ਦੀ ਵੰਡ 'ਤੇ ਨਕਸ਼ੇ 'ਚ ਹੈ ਹੀ ਨਹੀਂ ਸੀ ਮੇਰੇ ਨਾਲ ਅੱਜ ਦੇ ਸਫ਼ਰ 'ਤੇ ਨੇ ਮਿਰਜ਼ਾ ਬੇਗ ਸਾਹਿਬ ਸਾਡੇ ਐਡਮਿਨ ਵੀ ਨੇ ਔਰ ਮੇਰੇ ਬੜੇ ਪਿਆਰੇ ਦੋਸਤ ਨੇ
ਦੇਖੋ ਅੱਗੇ ਮਿਰਜ਼ਾ ਸਾਹਿਬ ਮੁਗਲ ਔਰ ਪਿੱਛੇ ਸਿੱਖ ਰਾਜ ਦਾ ਤਖ਼ਤ ਇਹ ਪੜ੍ਹੀ ਮਿਰਜ਼ਾ ਸਾਹਿਬ ਅਤੇ ਪਿੱਛੇ ਤਖ਼ਤ ਪੜ੍ਹੀ ਵਾਹ ਜੀ ਵਾਹ ਮਿਰਜ਼ਾ ਸਾਹਿਬ ਦੀ ਪਸੰਦੀਦਾ ਜਗ੍ਹਾ ਅਸੀਂ ਲੱਭਦੇ ਲੱਭਦੇ ਅਖੀਰ ਤਖ਼ਤ ਪੜ੍ਹੀ ਨੂੰ ਪਹੁੰਚ ਗਏ ਔਰ ਇਹ ਤਖ਼ਤ ਪੜ੍ਹੀ ਤੁਹਾਨੂੰ ਮੈਂ ਪੜ੍ਹੀ ਦਾ ਕਲੋਜ਼ ਦਿਖਾ ਦੇਵਾਂ ਕਿ ਕੁਛ ਲੋਕ ਨਹੀਂ ਜਾਣਦੇ ਜਿਹੜੇ ਖਿੱਤਾ ਪਠਵਾਰ 'ਚ ਰਹਿ ਕੇ ਗਏ ਨੇ ਉਹਨਾਂ ਨੂੰ ਤਾਂ ਪਤਾ ਕਿ ਵੀ ਪੜ੍ਹੀ ਜਿਹੜੀ ਹੈ ਉਹ ਪੱਥਰ ਨੂੰ ਕਿਹਾ ਜਾਂਦਾ ਠੀਕ ਹੈ ਔਰ ਇਹ ਤੱਕੋ ਇਹ ਚਵੇ ਉਹ ਬਣਾਏ ਹੋਏ ਸਿੱਖ ਦੌਰ ਦੀਆਂ ਯਾਦਾਂ ਇੱਥੇ ਲੋਕ ਸੁਬਹਾ ਸੁਬਹਾ ਇਸ਼ਨਾਨ ਕਰਨੇ ਸੀ ਇਹ ਪਿੱਛੇ ਤਖ਼ਤ ਸੀ ਔਰ ਇਹ ਪੜ੍ਹੀ ਤਖ਼ਤ ਪੜ੍ਹੀ ਲਓ ਜੀ ਮੈਂ ਹੁਣ ਕਹਿ ਸਕਦਾ ਕਿ ਮੈਂ ਤਖ਼ਤ ਪੜ੍ਹੀ ਦੇ ਅੰਦਰ ਗਿਆ ਸੀ ਲੈ ਜੀ ਇਹ ਆ ਗਈ ਮੈਂ ਬਹਿ ਗਿਆ ਜਾ ਕੇ ਪੜ੍ਹੀ ਦੇ ਉੱਤੇ ਇਹ ਪੜ੍ਹੀ ਹੈ ਜਿੱਥੇ ਮੈਂ ਹਾਂ ਅਤੇ ਇਹ ਉੱਤੇ ਤਖ਼ਤ ਹੈ ਤਖ਼ਤ ਪੜ੍ਹੀ ਤਖ਼ਤ ਪੜ੍ਹੀ ਕਿਆ ਬਾਤ ਹੈ ਅੱਜ ਦੀ ਹੈ ਸ਼ਾਮ ਪਿੰਡ ਤਖ਼ਤ ਪੜ੍ਹੀ ਦੇ ਨਾਮ ਹਾਜੀ ਨਸੀਰ ਸਾਹਿਬ ਦੇ ਦੋਸਤ ਅਗਰ ਅਰਜੁਨ ਸਾਹਿਬ ਜ਼ਿੰਦਾ ਨੇ ਅਤੇ ਉਹ ਆਪਣੇ ਪਿੰਡ ਦੀ ਇਸ ਚਵੇ ਦਾ ਪਾਣੀ ਦੇਖਣ ਕਿੰਨੇ ਅੱਛੇ ਤਰੀਕੇ ਨਾਲ ਜਾ ਰਿਹਾ ਲੈਂਦੇ ਪਾਸੇ ਚੜ੍ਹਦੇ ਪਾਸੋਂ ਇਹ ਚਵਾ ਆ ਰਿਹਾ ਅਤੇ ਲੈਂਦੇ ਪਾਸੇ ਜਾ ਰਿਹਾ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸੇਵ ਹਿਸਟੋਰੀਕਲ ਪਲੇਸਿਸ ਆਫ ਦੀ ਪਾਕਿਸਤਾਨ ਅੱਜ ਦੀ ਸ਼ਾਮ ਸ਼ਹਿਰ ਤਖ਼ਤ ਪੜ੍ਹੀ ਦੇ ਨਾਮ ਉਹਨਾਂ ਲੋਕਾਂ ਦੇ ਨਾਮ ਜਿਹੜੇ ਲੋਕ ਇਹਨੂੰ ਛੱਡ ਕੇ ਚਲੇ ਗਏ ਮਿਰਜ਼ਾ ਸਾਹਿਬ ਡੂੰਘੀਆਂ ਯਾਦਾਂ 'ਚ ਪਏ ਹੋਏ ਨੇ ਸ਼ਾਮ ਦਾ ਨਜ਼ਾਰਾ ਲੈ ਰਹੇ ਨੇ ਪਿੰਡ ਤਖ਼ਤ ਪੜ੍ਹੀ ਦੇ 'ਚ ਕਦੇ ਤਖ਼ਤ ਨੂੰ ਵੇਖਦੇ ਨੇ ਅਤੇ ਕਦੀ ਪੜ੍ਹੀ ਨੂੰ ਵੇਖਦੇ ਨੇ ਇਹਨਾਂ ਦਾ ਬੜਾ ਅਰਮਾਨ ਸੀ ਇੱਥੇ ਆਉਣ ਦਾ ਮੈਂ ਔਰ ਇਹ ਅੱਜ ਦੇ ਸਫ਼ਰ 'ਚ ਇਕੱਠੇ ਹਾਂ ਸੇਵ ਹਿਸਟੋਰੀਕਲ ਪਲੇਸਿਸ ਆਫ ਦੀ ਪਾਕਿਸਤਾਨ ਹੈਰੀਟੇਜ ਆਫ ਦੀ ਪਾਕਿਸਤਾਨ ਸੇਵ ਗੁਰਦੁਆਰਾਸ ਐਂਡ ਟੈਂਪਲਸ ਆਫ ਪਾਕਿਸਤਾਨ ਮੈਂ ਤੁਹਾਡਾ ਆਪਣਾ ਹੋਸਟ ਤਖ਼ਤ ਪੜ੍ਹੀ ਦੀਆਂ ਯਾਦਾਂ ਨਾਲ ਦਿਲ ਤਾਂ ਨਹੀਂ ਕਰਦਾ ਪਰ ਸ਼ਾਮ ਦੇ ਢਲਦੇ ਸਾਏ ਅਖੀਰ ਮੈਨੂੰ ਘਰ ਜਾਣਾ ਪੈਣਾ ਕੁਛ ਦੇਰ ਇੱਥੇ ਸਕੂਨ ਕਰਨਾ ਚਾਹੁੰਦਾ ਕੁਛ ਦੇਰ ਮੈਂ ਇੱਥੇ ਨਜ਼ਾਰਾ ਕਰਨਾ ਚਾਹੁੰਦਾ ਮੈਂ ਤੁਹਾਨੂੰ ਥੋੜ੍ਹਾ ਜਿਹਾ ਸਾਈਟ ਐਂਡ ਸਾਊਂਡ ਦਿਖਾ ਦੇਵਾਂ ਤਖ਼ਤ ਪੜ੍ਹੀ ਦੇ ਇਹ ਨੇ ਉਹ ਪੜ੍ਹੀਆਂ ਜਿੰਨਾ ਚ ਲੰਘਦਾ ਚਵਾ ਤਖ਼ਤ ਪੜ੍ਹੀ ਬਣਾਉਣ ਵਾਲੇ ਬਣਾ ਗਏ ਲੋਕ ਅੱਜ ਵੀ ਇਸ ਤੋਂ ਫਾਇਦਾ ਉਠਾ ਰਹੇ ਨੇ ਮੈਂ ਅੱਗੇ ਦੇਖਿਆ ਉੱਥੇ ਕੁਛ ਲੋਕ ਨਹਾ ਰਹੇ ਸੀ ਕੁਛ ਔਰਤਾਂ ਕੱਪੜੇ ਧੋ ਰਹੀਆਂ ਸਨ ਸਭ ਨੂੰ ਪਤਾ ਕਿ ਇਹ ਸਿੱਖ ਬਣਾ ਕੇ ਗਏ ਨੇ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਅੱਜ ਦੀ ਢਲਦੀ ਸ਼ਾਮ ਤਖ਼ਤ ਪੜ੍ਹੀ ਦੇ ਨਾਮ ਉਹ ਰਿਹਾ ਉਜੜਿਆ ਹੋਇਆ ਤਖ਼ਤ ਅਤੇ ਆ ਗਈ ਪੜ੍ਹੀ ਤਖ਼ਤ ਪੜ੍ਹੀ ਕਿੰਨਾ ਸੁਨਾਟਾ ਕਿੰਨਾ ਸਕੂਨ ਹੈ ਇਸ ਧਰਤੀ ਨੇ
ਇਸ ਜ਼ਮੀਨ ਨੇ ਬਹੁਤ ਜ਼ਿਆਦਾ ਸਾਰੇ ਮੁਫੱਕਰ, ਸ਼ਾਇਰ, ਥਿੰਕ ਟੈਂਕਸ, PM ਪੈਦਾ ਕੀਤੇ ਨੇ। ਐਸੇ ਮਿੱਟੀ ਦਾ ਇੰਦਰ ਕੁਮਾਰ ਗੁਜਰਾਲ, ਐਸੇ ਮਿੱਟੀ ਦਾ ਸਰਦਾਰ ਮਨਮੋਹਨ ਸਿੰਘ, ਇੱਥੇ ਦਾ ਹੀ ਗੁਲਜ਼ਾਰ, ਇੱਥੇ ਦਾ ਹੀ ਸੁਨੀਲ ਦੱਤ, ਇੱਥੇ ਦਾ ਹੀ ਮਾਸਟਰ ਤਾਰਾ ਸਿੰਘ, ਹੋਰ ਬਾਬਾ ਖੇਮ ਸਿੰਘ ਬੇਦੀ ਦੀਆਂ ਵੀ ਯਾਦਾਂ ਇਸ ਨਾਲ ਜੁੜੀਆਂ ਨੇ। ਖੁਸ਼ਵੰਤ ਸਿੰਘ ਦੀਆਂ ਯਾਦਾਂ ਵੀ ਇਹਨਾਂ ਪਿੰਡਾਂ ਨਾਲ ਜੁੜੀਆਂ ਨੇ। ਰਾਹੁਲ ਸ਼ਰਮਾ ਸਾਹਿਬ, ਦੇਸ਼ਪਾਲ ਸਾਹਿਬ, ਸੇਠੀ ਸਾਹਿਬ, ਥਾਪਰ ਸਾਹਿਬ, ਸਭ ਇਹ ਨਜ਼ਾਰਾ ਕਰੋ ਔਰ ਆਪਣੇ ਖਿੱਤਾ ਪਠਵਾਰ ਕੀ ਯਾਦ ਕਰੋ। ਬਹੁਤ ਸੋਹਣੀ ਜੀ ਮਿੱਠੀਆਂ ਜੀਆਂ ਯਾਦਾਂ ਤਖਤ ਪੜੀ ਦੇ ਨਾਮ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਸਿੰਘ।